ਨਾ ਧੀਏ, ਤੂੰ ਤਾਂ ਮੇਰੀਆਂ ਅਰਦਾਸਾਂ ਦਾ ਫਲ ਹੈ। ਉਹ ਵਾਹਿਗੁਰੂ ਨੇ ਅੱਜ ਝੋਲੀ ਪਾਇਆ। ਤੁਹਾਡੀਆਂ ਅਰਦਾਸਾਂ ਦਾ ਫਲ ਉਹ ਕਿਵੇਂ ਆਂਟੀ ਜੀ? ਧੀਏ, ਤੇਰੇ ਵਰਗੀ ਮੇਰੀ ਧੀ ਸੀ। ਤੁਹਾਡੀ ਧੀ? ਬਸ ਹੁਣ ਚੁੱਪ ਕਰ, ਰੋ ਨਾ ਪੁੱਤ, ਮੈਂ ਬਾਅਦ ਚ ਨਾ ਤੇਰੀ ਸਾਰੀ ਗੱਲ ਸੁਣ। ਮਿਰਤੀ ਬਣ ਕੇ ਦੋ ਕਬੂਤੀਆਂ ਖਾ ਲੈ, ਖਾ ਲੈ ਪੁੱਤ, ਖਾ ਲੈ। ਨਹੀਂ ਆਂਟੀ, ਬੰਦਿਆਂ ਨੇ ਮੈਨੂੰ ਜਾਨ ਜੋਗਿਆ ਨਹੀਂ ਛੱਡਿਆ, ਮੇਰੇ ਗੱਲ ਚੋਂ ਬੁਰਕੀ ਨਹੀਂ ਲੰਘਦੀ, ਮੈਂ ਨਹੀਂ ਕੁਛ ਵੀ ਗਾਣਾ। ਪੁੱਤ, ਜਦੋਂ ਦੀ ਆਈ ਆ ਰੋਈ ਹੋਈ ਜਾਂਦੀ, ਮੈਨੂੰ ਗੱਲ ਤਾਂ ਦੱਸ ਦੇ ਵੀ ਤੇਰੇ ਨਾਲ ਹੋਇਆ ਕੀ ਹੈ। ਆਂਟੀ, ਅੱਜ ਜੋ ਵੀ ਮੇਰੇ ਹਾਲ ਹੈ ਨਾ, ਸਾਰੀ ਮਿਹਰਬਾਨੀ ਮੇਰੇ ਸਹੁਰਿਆਂ ਦੀ ਆ। ਉਹਨਾਂ ਨੇ ਬਹੁਤ ਮਾੜਾ ਕੀਤਾ ਮੇਰੇ ਨਾਲ। ਪੁੱਤ, ਕੀਤਾ ਕੀ ਕੁਛ ਹੈ ਉਹ ਤਾਂ ਦੱਸ ਦੇ, ਕੋਈ ਦਾਜ ਦਹੇਜ ਦੀ ਗੱਲ ਸੀ? ਹਰ ਇੱਕ ਮਾਂ ਪਿਓ ਕਹਿੰਦਾ ਹੁੰਦਾ ਵੀ ਸਾਡੀ ਕੁੜੀ ਨਾ ਵਿਆਹ ਕੇ ਖੁਸ਼ ਰਹੂਗੀ ਆਪਣੇ ਸਹੁਰੇ ਘਰੇ। ਇਹੀ ਸੁਪਨੇ ਮੈਂ ਵੀ ਸਜਾਏ ਸੀ। ਮੈਨੂੰ ਨੀ ਪਤਾ ਸੀ ਵੀ ਪਹਿਲਾ ਧੱਕਾ ਮੈਨੂੰ ਰੱਬ ਦੇਊਗਾ ਤੇ ਦੂਜਾ ਧੱਕਾ ਮੈਨੂੰ ਮੇਰੇ ਸਹੁਰੇ ਦੇਣਗੇ। ਆਂਟੀ, ਜੇ ਮੇਰੇ ਔਲਾਦ ਨਹੀਂ ਹੋਈ ਤਾਂ ਇਹਦੇ ਚ ਮੇਰਾ ਕੀ ਕਸੂਰ ਸੀ? ਬਸ ਮੈਂ ਉਹਨਾਂ ਨੂੰ ਇੱਕ ਔਲਾਦ ਨਹੀਂ ਦੇ ਸਕੀ ਤੇ ਉਹਨਾਂ ਨੇ ਆਪਦੇ ਮੁੰਡੇ ਦਾ ਦੂਜਾ ਵਿਆਹ ਕਰਨ ਦਾ ਸੋਚ ਲਿਆ ਤੇ ਮੈਨੂੰ ਧੱਕੇ ਮਾਰ ਗਏ ਉਸ ਘਰ ਚ ਘੱਟ। ਬਸ ਤੂੰ ਰੋ ਨਾ ਪੁੱਤ, ਚੁੱਪ ਕਰ ਜਾ, ਰੋ ਨਾ। ਕੋਈ ਨਾ, ਤੈਨੂੰ ਧੱਕੇ ਮਾਰ ਕੇ ਕੱਢਿਆ ਨਾ, ਆਪਾਂ ਉਹਨਾਂ ਦਾ ਅੱਗਾ ਧੱਗਾ ਲਵਾਂਗੇ। ਮੈਂ ਤੇਰੇ ਨਾਲ ਖੜੀ ਆ, ਠੀਕ ਹੈ? ਤੂੰ ਪਹਿਲਾਂ ਰੋਟੀ ਖਾ। ਕਿੱਡੀ ਮਾੜੀ ਕੀਤੀ ਹੈ ਪੂਰਾ ਜਵਾਕੜੀ ਦਾ, ਦੱਸ ਕੀ ਵਿਗਾੜਿਆ ਇਹਨੇ? ਬੱਚਾ ਦਾ ਪੁੱਤ ਪਰਮਾਤਮਾ ਦੇ ਹੁਕਮ ਨਾਲ ਫਲ ਮਿਲਦਾ, ਤੇਰਾ ਉਹਦੇ ਚ ਕੀ ਦੋਸ਼ ਹੈ? ਜੇ ਤੇਰੇ ਕਰਮਾਂ ਚ ਹੁੰਦਾ ਤਾਂ ਹੋ ਜਾਂਦਾ, ਪਰ ਬਹੁਤ ਸਾਰੀਆਂ ਗੱਲਾਂ ਨੇ, ਘਰ ਵਸਾਇਆ ਵੀ ਜਾਂਦਾ ਹੈ, ਜਾਣਨਾ ਆਪਦੇ ਆਪ ਜਾਣ ਲੈਂਦਾ। ਕੋਈ ਨਾ, ਤੂੰ ਰੋ ਨਾ ਪੁੱਤ, ਰੋਟੀ ਖਾ। ਨਹੀਂ ਆਂਟੀ, ਮੇਰੇ ਨਹੀਂ ਲੱਗਦੀ ਰੋਟੀ। ਚੁੱਪ ਕਰ ਜਾ, ਆਪਾਂ ਨਾ ਸਾਰਾ ਕੁਛ ਕਰਾਂਗੇ, ਰੋਟੀ ਖਾ ਫਿਰ ਕਰਦੇ ਆਪਾਂ ਬਾਕੀ। ਖਾ ਪੁੱਤ, ਮੇਰੀ ਧੀ ਨੀ ਤੂੰ, ਖਾ ਲੋ, ਖਾ ਲੋ। ਢਿੱਡ ਭਰਿਆ ਬਿਨਾ ਨਹੀਂ ਸਰਦਾ, ਜਿਉਂਦੇ ਜੀ ਅੰਨ ਖਾਣਾ ਪੈਂਦਾ। ਹੋਇਆ ਤਾਂ ਤੇਰੇ ਨਾਲ ਬਹੁਤ ਬੁਰਾ ਚੱਲਦਾ, ਇਹ ਦੁਨੀਆ ਹੈ ਹੀ ਜ਼ਿਆਦਾ। ਬਸ ਚੁੱਪ ਕਰ ਜਾ, ਰੋਣਾ ਨਹੀਂ, ਠੀਕ ਹੈ? ਖਾ ਪੁੱਤ, ਖਾ। ਬਸ ਪੁੱਤ ਚੁੱਪ ਕਰ ਜਾ, ਰੋਣਾ, ਆ ਪਾਣੀ ਪਰ ਪੁੱਤ। ਚੰਗਾ ਪੁੱਤ, ਹੁਣ ਤੂੰ ਸੌਂ ਜਾ, ਹੁਣ ਤੂੰ ਰੋ ਨਾ,
ਆਪਾਂ ਸਵੇਰੇ ਕਰਦੇ ਉਹਨਾਂ ਨਾਲ ਗੱਲਬਾਤ, ਠੀਕ ਹੈ? ਸੌਂ ਜਾ ਤੀ, ਹੋਰ ਲੈਣਾ ਪਾਣੀ? ਪੈ ਜਾ, ਕਰ ਲੈ ਆਰਾਮ। ਅੱਲੋ, ਤੁਹਾਡੇ ਕਹਿਣ 'ਤੇ ਮੈਂ ਚਾਹ ਵੀ ਪੀ ਲਈ, ਹੁਣ ਮੈਨੂੰ ਮੇਰੇ ਕੱਪੜੇ ਲਿਆ ਦਿਉ, ਮੈਂ ਜਾਵਾਂ। ਤੂੰ ਕਿੱਥੇ ਜਾਣਾ ਪੁੱਤ? ਜਿੱਥੇ ਮੈਨੂੰ ਮੇਰੇ ਘਰ ਨੂੰ ਲੈ ਜਾਣਗੇ, ਜਿਵੇਂ ਹੁਣ ਤੱਕ ਇੱਥੇ ਲੈ ਕੇ ਆਉਂਦਾ, ਉਵੇਂ ਅੱਗੇ ਵੀ ਮੇਰੀ ਕੋਈ ਮੰਜ਼ਿਲ ਹੋਊਗੀ, ਇੱਥੇ ਵਗ ਜੂੰਗੀ। ਨਾ ਧੀਏ, ਤੈਂ ਕਿਤੇ ਨਹੀਂ ਜਾਣਾ, ਤੂੰ ਮੇਰੇ ਕੋਲ ਰਹਿ, ਮੈਂ ਨਹੀਂ ਤੈਨੂੰ ਜਾਣ ਦਿੰਦੀ। ਨਹੀਂ ਆਂਟੀ, ਮੈਂ ਤੁਹਾਡੇ ਕੋਲ ਕਿਵੇਂ ਰਹਿ ਸਕਦੀ ਹਾਂ ਭਲਾ? ਤੁਹਾਡੇ ਸਿਰ ਮੈਂ ਬੋਝ ਨਹੀਂ ਬਣ ਸਕਦੀ। ਕੋਈ ਗੱਲ ਨਹੀਂ, ਮੈਂ ਭੱਜ ਜੂ। ਨਾ ਧੀਏ, ਆਏ ਨਾ ਕਹਿ, ਤੂੰ ਤਾਂ ਮੇਰੇ ਵਾਸਤੇ ਕੁਦਰਤ ਦਾ ਤੋਹਫਾ ਬਣ ਕੇ ਆਈ ਹੈ। ਕੁਦਰਤ ਦਾ ਤੋਹਫਾ? ਉਹ ਵੀ ਮੈਂ? ਮੈਂ ਤਾਂ ਇੱਕ ਉਹ ਭਾਗਣ ਕੁੜੀ ਹਾਂ ਜਿਹੜੀ ਚਾਹੁੰਦੇ ਸਾਰਾ ਆਪਦੇ ਮਾਂ ਪਿਓ ਨੂੰ ਕਰ ਦੀ, ਜੇ ਸਹੁਰੇ ਘਰੇ ਗਈ ਤਾਂ ਉੱਥੇ ਨਹੀਂ ਕੋਈ ਖੁਸ਼ੀ ਦੇ ਸਕੀ, ਕੋਈ ਤੋਹਫਾ ਨਹੀਂ ਮੈਂ। ਨਾ ਧੀਏ, ਤੂੰ ਤਾਂ ਮੇਰੀਆਂ ਅਰਦਾਸਾਂ ਦਾ ਫਲ ਹੈ, ਉਹ ਵਾਹਿਗੁਰੂ ਨੇ ਅੱਜ ਝੋਲੀ ਪਾਇਆ। ਤੁਹਾਡੀਆਂ ਅਰਦਾਸਾਂ ਦਾ ਫਲ? ਉਹ ਕਿਵੇਂ ਆਂਟੀ ਜੀ? ਮੈਂ ਤਾਂ ਕੁਛ ਸਮਝੀ ਨਹੀਂ। ਧੀਏ, ਤੇਰੇ ਵਰਗੀ ਮੇਰੀ ਧੀ ਸੀ, ਜਿੱਥੇ ਉਹ ਗੁਮਾਚੀ ਉੱਥੋਂ ਮੈਨੂੰ ਤੂੰ ਮਿਲ ਗਈ, ਭਾਵੇਂ ਕਿਸੇ ਹੋਰ ਰੂਪ 'ਚ। ਤੁਹਾਡੀ ਧੀ? ਹਾਂ ਪੁੱਤ, ਮੇਰੀ ਧੀ। ਮੰਮੀ ਤੇ ਬੈਠੀ ਆ, ਪਤਾ ਨੀ ਹੁਣ ਕੀ ਕੁਛ ਸੁਣਾਓ ਮੈਨੂੰ। ਤੂੰ ਫੇਰ ਆ ਗਈ ਕੁੜੇ? ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ। ਆਵਾਂ ਨਾ ਤਾਂ ਹੋਰ ਕਿੱਥੇ ਜਾਵਾਂ ਮੰਮੀ, ਧੀਆਂ ਕੁੜੇ ਪੇਕੇ ਹੁੰਦੇ ਆਉਣ ਵਾਸਤੇ। ਕੁੜੇ ਪੇਕੇ ਵੀ ਰਾਏ ਨੀ ਹੁੰਦੇ ਵੀ ਤੀਜੇ ਦਿਨ ਆ ਜੇ, ਤੀਜੇ ਦਿਨ ਆ ਜੇ। ਮੈਂ ਤਾਂ ਧੀਏ ਤੇਰਾ ਇੱਕ ਵਾਰੀ ਮਸਾਂ ਕਰਿਆ ਕੁੜੇ, ਮੈਂ ਕੀ ਕਰੂੰਗੀ, ਤੂੰ ਤੀਜੇ ਦਿਨ ਆਵੇ ਨੀ ਹੈ। ਮੰਮੀ, ਇਹਦੇ 'ਚ ਮੇਰੀ ਕੀ ਗਲਤੀ ਆ? ਮੈਂ ਕਿਹੜਾ ਆਪ ਲੱਭਿਆ, ਤੁਸੀਂ ਹੀ ਲੱਭ ਕੇ ਦਿੱਤਾ। ਹੁਣ ਜੇ ਨਹੀਂ ਚੰਗਾ, ਇਹਦੇ 'ਚ ਮੇਰਾ ਕੀ ਕਸੂਰ ਆ? ਮੇਰਾ ਕੁਛ ਗੱਲਾਂ ਆਪਦੇ ਦਿਮਾਗ ਤੋਂ ਵੀ ਲੈ ਲਿਆ ਕਰ, ਸਿੱਖ ਲਿਆ ਕਰ। ਕੁਛ ਦੱਬਣੀਆਂ ਵੀ ਪੈਂਦੀਆਂ ਨੇ ਮਾੜੀਆਂ ਮੋਟੀਆਂ, ਚੱਲ ਲਿਆ ਕਰ, ਕੁਛ ਨਹੀਂ ਹੁੰਦਾ। ਬਸ ਜਾ, ਤੂੰ ਬਸਾ ਲਾ ਆਪਦਾ ਘਰ, ਉੱਜੜਦੇ ਉੱਜੜ ਜਾਂਦੇ ਨੇ, ਬਸਦੇ ਬਸ ਜਾਂਦੇ ਨੇ। ਮੰਮੀ, ਕਿੰਨੀਆਂ ਕੁ ਦੱਬਾਂ? ਜੇ ਇੱਕ ਅੱਧੀ ਹੋਵੇ ਤਾਂ ਦੱਬ ਲਾ, ਉਹਦੇ 'ਚ ਕਿਹੜਾ ਇੱਕ ਐਬ ਹੈ, 100 ਐਬ ਨੇ ਉਹਦੇ 'ਚ। ਧੀਏ, ਜਨਾਨੀਆਂ ਨੂੰ ਤਾਂ ਸਾਰੇ ਐਬ ਝੱਲਣੇ ਪੈਂਦੇ ਨੇ। ਜਿਹੜੀ ਔਰਤ ਹੈ ਨਾ, ਔਰਤ ਤਾਂ ਬਸ ਮਰਦ ਦੇ ਪੈਰ ਦੀ ਜੁੱਤੀ ਬਣ ਕੇ ਰਹਿੰਦੀ ਹੈ। ਲੈ ਮੰਮੀ, ਇਹਦੇ 'ਚ ਮੇਰੀ ਕੀ ਗਲਤੀ ਆ? ਮੈਂ ਸਾਰਾ ਘਰ ਦਾ ਕੰਮ ਕਰਦੀ ਹਾਂ, ਫਿਰ ਵੀ ਮੇਰੇ 'ਤੇ ਰੋਹ ਮਾਰਦੇ ਰਹਿੰਦੇ ਆ, ਹੋਰ ਤਾਂ ਹੋਰ ਮੰਮੀ ਹੱਥ ਵੀ ਚੱਕਦੇ ਆ ਮੇਰੇ 'ਤੇ। ਕੋਈ ਨਾ ਵੀਰ, ਮੈਂ ਕਿਹੜਾ ਘਰ ਨਹੀਂ ਵਸਾਇਆ, ਮੈਂ ਕਿਹੜਾ ਕੁੱਟ ਨਹੀਂ ਝੱਲੀ, ਤੇਰੇ ਪਿਓ ਦੀ ਬਥੇਰੀ ਕੁੱਟ ਝੱਲੀ ਆ ਮੈਂ।
ਨਾਲੇ ਕੰਮ ਕਰਦੀ ਸੀ ਦੈਂ ਦੈਂ, ਨਾਲੇ ਉਦੋਂ ਪਤਾ ਲੱਗਦਾ ਸੀ ਜਦੋਂ ਡਾਂਗ ਪੈਂਦੀ ਸੀ। ਮੰਮੀ ਕੁੱਟ ਮਾਰਤਾ ਝੱਲ ਲਾ, ਉਦਣ ਦੀ ਵੀ ਝੱਲ ਹੀ ਰਹੀ ਆ, ਪਰ ਜਿਹੜੇ ਹੋਰ ਐਬ ਨੇ ਉਹ ਕਿਵੇਂ ਬਰਦਾਸ਼ਤ ਕਰਾਂ ਮੈਂ, ਦੱਸੋ ਤੁਸੀਂ। ਐਬ ਹੁਣ ਹੋਰ ਕੀ ਐਬ ਲਾ ਲਿਆ? ਮੰਮੀ ਜੇ ਤੁਹਾਨੂੰ ਦੱਸੂਗੀ ਨਾ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ। ਕੁੜੇ ਵੀਰ ਕੁਛ ਤਾਂ ਦੱਸ ਦੇ ਕੀ ਹੈ। ਤੁਹਾਨੂੰ ਪਤਾ ਮੰਮੀ ਔਰਤ ਨਾ ਸਾਰਾ ਕੁਛ ਬਰਦਾਸ਼ਤ ਕਰ ਲੈਂਦੀ ਆ, ਪਰ ਆਪਣੀ ਜ਼ਿੰਦਗੀ 'ਚ ਦੂਜੀ ਔਰਤ ਕਦੇ ਨਹੀਂ ਬਰਦਾਸ਼ਤ ਕਰ ਸਕਦੀ। ਉਹ ਰੱਖੀ ਬੈਠਾ, ਹੋਰ ਤਾਂ ਹੋਰ ਜਿਹੜੀਆਂ ਮੇਰੀਆਂ ਟੂਮਾਂ ਸੀ ਨਾ ਸਾਰੀਆਂ ਗਹਿਣੇ ਗੱਪੇ, ਉਹ ਵੀ ਮੈਨੂੰ ਤਾਂ ਲੱਗਦਾ ਨਾ ਉਹਨੂੰ ਹੀ ਦਿੱਤੇ ਆ ਉਹਨੇ, ਤੇ ਘਰੇ ਰੌਲਾ ਪਾਤਾ ਵੀ ਚੋਰੀ ਹੋ ਗਈ। ਨਹੀਂ ਅੱਗ ਦੇ ਲੱਗਣ ਟੂਮਾਂ, ਕੀ ਟੂਮਾਂ ਬਿਨਾਂ ਤੈਨੂੰ ਪਾਲਾ ਲੱਗਦਾ, ਰੱਖਦਾ ਰੱਖੀ ਜਾਵੇ, ਤੈਂ ਕੀ ਲੈਣਾ, ਤੈਨੂੰ ਰਹਿਣ ਨੂੰ ਤਾਂ ਘਰ ਹੈਗਾ। ਮੰਮੀ ਕਿੰਨਾ ਸੌਖਾ ਗਿਆ ਤਾਂ ਤੁਸੀਂ ਵੀ ਰੱਖ ਲੈ ਨਾ, ਮੈਂ ਕਿਵੇਂ ਬਰਦਾਸ਼ਤ ਕਰ ਲੂੰਗੀ। ਹੁਣ ਮੈਂ ਇਸ ਗੱਲ ਦਾ ਕੀ ਇਲਾਜ ਬਣਾਵਾਂ, ਨਾ ਤਾਂ ਮੈਂ ਤੈਨੂੰ ਧੀਏ ਘਰੇ ਬਿਠਾ ਸਕਦੀ ਹਾਂ, ਨਾ ਮੈਂ ਆਏ ਆਉਂਦੀ ਰੋਜ਼ ਦੇਖ ਸਕਦੀ ਹਾਂ। ਆਂਢ ਗੁਆਂਢ ਵੀ ਅਗਲਾ ਕਹਿੰਦਾ ਇਹਦੀ ਧੀ ਤੀਜੇ ਦਿਨ ਆ ਜਾਂਦੀ ਹੈ ਚੱਕ ਕੇ ਪਏਗਾ। ਮੰਮੀ ਮੈਨੂੰ ਆਂਢ ਗੁਆਂਢ ਦਾ ਕੁਛ ਨਹੀਂ ਪਤਾ ਹੈਗਾ, ਪਰ ਮੈਂ ਹੁਣ ਉੱਥੇ ਨਹੀਂ ਜਾਣਾ, ਮੇਰੀ ਸੱਚੀ ਬੱਸ ਹੋ ਗਈ ਹੁਣ। ਧੀਏ ਘਰ ਤਾਂ ਤੈਨੂੰ ਵਸਾਉਣਾ ਪਊਗਾ, ਪਰ ਐਤਕੀ ਨਾ ਥੋਕ ਵਜਾ ਕੇ ਗੱਲ ਕਰਕੇ ਤੋਰੂੰਗੀ। ਆਇਆ ਸੂਤ ਆਇਆ, ਨਾ ਸੂਤ ਆਇਆ ਨਾ ਫਿਰ ਦੇਖਾਂਗੇ ਕੀ ਬਣਦਾ। ਚੰਗਾ ਤੂੰ ਬੈਠ, ਮੈਂ ਤੇਰੇ ਵਾਸਤੇ ਘੁੱਟ ਚਾਹ ਲਿਆਉਂਦੀ ਹਾਂ ਕਰਕੇ। ਠੀਕ ਆ ਮੰਮੀ। ਲੈ ਮੰਮੀ ਵੀ ਕਮਾਲ ਦੀ ਆ, ਮੈਨੂੰ ਤਾਂ ਨਾ ਕਦੇ ਕਦੇ ਸ਼ੱਕ ਹੁੰਦਾ ਵੀ ਮੇਰੀ ਮਾਂ ਨਹੀਂ ਹੈਗੀ ਦੁਸ਼ਮਣ ਆ, ਜਿਹੜੀ ਮੇਰੇ ਬਾਰੇ ਜਮਾਂ ਵੀ ਨਹੀਂ ਸੋਚਦੀ ਹੈਗੀ। ਮੈਨੂੰ ਤਾਂ ਨਹੀਂ ਸਮਝ ਆਉਂਦੀ ਨਾ ਕਿਹੜੀ ਕੁੜੀ ਦਿਲ ਕਰਦਾ ਵੀ ਆਪਦਾ ਸਾਰਾ ਪਰਿਵਾਰ ਛੱਡ ਕੇ ਆਪਦੀ ਮਾਂ ਦੇ ਘਰੇ ਬਹਿ ਜੇ। ਪਰ ਮੰਮੀ ਨੂੰ ਇਹ ਗੱਲਾਂ ਕਿੱਥੇ ਸਮਝ ਆਉਣੀਆਂ, ਜਿਹਦੇ ਨਾਲ ਬੀਤਦੀ ਹੈ ਨਾ ਉਹਨੂੰ ਹੀ ਪਤਾ ਲੱਗਦਾ, ਮੈਨੂੰ ਪਤਾ ਵੀ ਮੇਰੇ 'ਤੇ ਕੀ ਬੀਤ ਰਹੀ ਹੈ। ਹਲੇ ਇੱਕ ਵਾਰੀ ਫੋਨ ਲਾ ਕੇ ਪੁੱਛਾਂ, ਉਹ ਵੀ ਵਿਚਾਰੇ ਕੀ ਕਰਨ, ਆ ਮੇਰੀ ਗੰਦੀ ਲਾਦ ਨੇ ਲਹੂ ਪੀ ਰੱਖਿਆ ਜਿਹੜਾ, ਤੰਗ ਕਰ ਰੱਖੇ ਹੈਗੇ ਸਾਰੇ। ਹੈਲੋ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂ ਹੈਪੀ ਇੱਥੇ ਆਈ ਹੈ ਭੈਣ ਜੀ? ਹਾਂ ਹੋਰ ਹੈਪੀ ਨੇ ਕਿੱਥੇ ਜਾਣਾ, ਮਾੜੇ ਕਰਮ ਵਾਲੀ ਨੇ ਇੱਥੇ ਹੀ ਆਉਣਾ। ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਮੈਂ ਨਾ ਅੱਜ ਲੈਣ ਆਉਣੀ ਹੈ। ਨਹੀਂ ਭੈਣ ਜੀ ਉਹਨੂੰ ਲਾ ਲੈਣ ਦਿਓ ਚਾਰ ਦਿਨ। ਨਹੀਂ ਭੈਣ ਜੀ ਮੇਰਾ ਕਿੱਥੇ ਸਰਦਾ ਗਾ, ਉਹਨੂੰ ਚਾਰ ਦਿਨ ਛੱਡੇ ਹੈ, ਮੈਂ ਲੈਣ ਆਉਣੀ ਹੈ, ਤੁਸੀਂ ਤਿਆਰ ਕਰ ਦਿਓ। ਨਹੀਂ ਭੈਣ ਜੀ ਤੁਹਾਡੇ ਤਾਂ ਰੋਜ਼ ਦਾ ਕੰਮ ਹੋ ਗਿਆ, ਤੀਜੇ ਦਿਨ ਉਹਨੂੰ ਝੋਲਾ ਚੁਕਾ ਕੇ ਤੋਰ ਦਿੰਦਾ। ਮੈਂ ਵੀ ਇੱਕ ਧੀ ਦੀ ਮਾਂ, ਮੈਨੂੰ ਪੁੱਛ ਕੇ ਦੇਖੋ ਕੀ ਦੁੱਖ ਹੈ। ਉਹ ਤਾਂ ਗੱਲ ਠੀਕ ਹੈ ਭੈਣੇ, ਮੈਂ ਸਾਰੀ ਗੱਲ ਸਮਝਦੀ ਹਾਂ ਗੀ, ਮੈਨੂੰ ਤਾਂ ਆਪ ਹੁਣੀ ਪਤਾ ਲੱਗਿਆ ਗਾ, ਮੈਂ ਵੀ ਕੁੜੀ ਕੋਲੇ ਗਈ ਹੋਈ ਸੀ, ਆ ਹੁਣ ਆਈ ਆ ਫਿਰ ਗੱਲ ਦਾ ਸਾਰੀ ਦਾ ਪਤਾ ਲੱਗ ਗਿਆ ਵੀ ਇਹ ਲੜ ਪਿਆ ਆਪਸ ਵਿੱਚ ਜੀ, ਨਾਲੇ ਆਏ ਤਾਂ ਮਾੜੀਆਂ ਮੋਟੀਆਂ ਘਰਾਂ 'ਚ ਹੁੰਦੀਆਂ ਹੀ ਰਹਿੰਦੀਆਂ ਭੈਣੇ। ਕੀ ਗੱਲ ਤੁਹਾਨੂੰ ਦੱਸ ਕੇ ਨਹੀਂ ਆਈ? ਨਾ ਮੈਨੂੰ ਤਾਂ ਦੱਸ ਕੇ ਨਹੀਂ ਆਈ ਭੈਣੇ, ਮੈਂ ਤਾਂ ਹੈ ਹੀ ਨਹੀਂ ਸੀ ਘਰੇ। ਭੈਣ ਜੀ ਰੋਜ਼ ਦਾ ਕੰਮ ਹੋ ਗਿਆ, ਕਿਉਂ ਨਹੀਂ ਤੁਸੀਂ ਸਮਝਾਉਂਦੇ ਆਪਦੇ ਮੁੰਡੇ ਨੂੰ, ਉਹਨੂੰ ਚਾਹੇ ਘੂਰੋ ਚਾਹੇ ਕੁਛ ਵੀ ਕਰੋ, ਉਹਨੂੰ ਤਾੜੋ ਤਾਂ ਸਿਆ, ਹੁਣ ਰੋਜ਼ ਮੈਂ ਦੱਸੋ ਕਿਵੇਂ ਬਾਅਦ 'ਚ ਬਿਠਾ ਲਾਂ। ਤੁਹਾਨੂੰ ਪਤਾ ਮੈਂ ਧੀ ਦੀ ਮਾਂ, ਮਸਾਂ ਮੈਂ ਇੱਕ ਵਾਰੀ ਕੀਤਾ ਹੈਗਾ, ਮੈਨੂੰ ਇਹ ਕੰਮ ਚੰਗਾ ਨਹੀਂ ਲੱਗਦਾ, ਮੈਨੂੰ ਤਾਂ ਅੱਗੇ ਟੈਨਸ਼ਨਾਂ ਬਥੇਰੀਆਂ ਨੇ ਘਰ ਦੀਆਂ। ਉਹ ਤਾਂ ਗੱਲ ਠੀਕ ਹੈ ਭੈਣੇ, ਮੈਂ ਤੇਰੀ ਸਾਰੀ ਗੱਲ ਸਮਝਦੀ ਹਾਂ, ਦੇਖ ਮੈਂ ਉਹਨੂੰ ਲੈਣ ਆਉਣੀ ਆ, ਇੱਕ ਵਾਰੀ ਤੂੰ ਮੇਰੇ ਨਾਲ ਤੁਰ ਦੇ, ਉਦੋਂ ਬਾਅਦ ਜੇ ਕੋਈ ਗੱਲ ਹੋਊਗੀ ਤਾਂ ਮੈਂ ਬੈਠੀ ਹੈਗੀ, ਮੈਂ ਜਮਾ ਨਹੀਂ ਉਹਨੂੰ ਬੋਲਣ ਦੀ, ਅਸੀਂ ਰਲ ਮਿਲ ਕੇ ਸੱਸ ਨੂੰ ਸੁਧਾਰ ਲਾਂਗੇ ਉਹਨੂੰ। ਚੱਲ ਭੈਣ ਜੀ ਤੁਹਾਡੀ ਮਰਜ਼ੀ ਹੈ, ਅਸੀਂ ਤਾਂ ਧੀ ਵਾਲੇ ਹਾਂ। ਹਾਂ ਚੱਲ ਕੋਈ ਨਹੀਂ, ਮੈਂ ਫਿਰ ਅੱਜ ਆਉਣੀ ਹੈ, ਠੀਕ ਹੈ।
ਕਹਿ ਵੀ ਕੀ ਸਕਦੇ ਆ, ਨੀਵੇਂ ਆ, ਜੇ ਬੋਲਾਂਗੇ ਤਾਂ ਵੀ ਔਖਾ ਧੀ ਤਾਂ ਉੱਥੇ ਵਸਾਉਣੀ ਆ, ਪਰ ਹੱਥ ਬੰਨ ਕੇ ਬੇਨਤੀ ਆ। ਲੈ ਭੈਣੇ, ਨਾ ਬੋਲਣ ਵਾਲੀ ਕਿਹੜੀ, ਬੋਲਣ ਵਾਲੀ ਕਿਹੜੀ ਗੱਲ ਹੈਗੀ, ਉਹ ਵੀ ਤੁਹਾਡਾ ਉਹ ਗਲਤੀ ਦੇ ਕੇ ਪੁੱਤ ਬਣਾਇਆ ਗਾ, ਤੁਸੀਂ ਬੋਲ ਸਕਦੇ ਹੋ, ਕਹਿ ਸਕਦੇ ਹੋਗੇ ਜਦੋਂ ਮੈਂ ਨੀ ਗੁੱਸਾ ਕਰਦੀ ਕਿਸੇ ਗੱਲ ਦਾ। ਹੈਂ, ਤੁਸੀਂ ਤਾਂ ਨਹੀਂ ਗੁੱਸਾ ਕਰਦੇ ਭੈਣ ਜੀ, ਆ ਮੈਨੂੰ ਨਾ ਬੜੀ ਉਹੀ ਗੱਲ ਹੈ, ਬਸ ਮੌਤ ਬਰਾਬਰ ਹੋ ਜਾਂਦਾ ਜਦੋਂ ਮੈਂ ਸਾਹਮਣੇ ਆਏ ਦੇਖ ਲੈਂਦੀ ਵੀ ਬੈਗ ਚੱਕ ਕੇ ਆ ਗਈ, ਮੇਰੀ ਜਾਨ ਨਿਕਲ ਜਾਂਦੀ ਹੈ, ਉਹ ਤਾਂ ਗੱਲ ਪੈਰਾਂ ਥੱਲੋਂ ਨਿਕਲ ਜਾਂਦੀ ਹੈ। ਉਹ ਤਾਂ ਗੱਲ ਠੀਕ ਹੈ ਭੈਣੇ, ਮੈਂ ਸਮਝਦੀ ਹਾਂ, ਤੁਸੀਂ ਮਨ ਨਾ ਔਖਾ ਕਰੋ, ਮੈਂ ਆਉਣੀ ਹੈ ਬਸ, ਤਿਆਰ ਹੋਈ ਬੈਠੀ ਹਾਂ ਤੇ ਹੁਣੀ ਤੁਰਦੀ ਹਾਂ ਮੈਂ, ਠੀਕ ਹੈ। ਹਾਂ ਭੈਣ ਜੀ, ਅੱਜ ਤਾਂ ਧੀ ਵਾਲੇ ਆ, ਕਿੱਥੇ ਪੁੱਗਦੀਆਂ ਨੇ ਆੜੀਆਂ, ਤੋਰਨੀ ਤਾਂ ਪਊਗੀ। ਠੀਕ ਹੈ ਭੈਣ ਜੀ, ਉਹੀ ਗੱਲ, ਮਾਂ ਵਿਚਾਰੀ ਕੀ ਕਰੇ, ਉਹ ਵੀ ਦੁਖੀ ਆ ਜੀ ਹੈ, ਧੀ ਪੁੱਤ ਤਾਂ ਇੱਕ ਵਾਰੀ ਕਰਨਾ ਹੀ ਬਹੁਤ ਔਖਾ ਹੁੰਦਾ ਗਾ, ਰੋਜ਼ ਰੋਜ਼ ਥੋੜ੍ਹੀ ਇਹ ਗੱਲਾਂ ਹੁੰਦੀਆਂ ਨੇ। ਮੇਰੀ ਮੰਮੀ ਵੀ ਕਿੰਨੀ ਭੋਲੀ ਆ, ਮੇਰਾ ਘਰ ਵਸਾਉਣ ਨੂੰ ਫਿਰਦੀ ਆ, ਹੁਣ ਇਹਨੂੰ ਕੌਣ ਦੱਸੇ ਵੀ ਇਹਨਾਂ ਦਾ ਜਮਾਈ ਇੱਕ ਰੋਗ ਨਹੀਂ 10 ਰੋਗ ਲਾਈ ਫਿਰਦਾ, ਜੇ ਇੱਕ ਅੱਧਾ ਬੈਲ ਹੋਵੇ ਤਾਂ ਮੈਂ ਉਹਦੇ ਨਾਲ ਕੱਟ ਵੀ ਲਵਾਂ।